ਤੇ ਉਹ ਇਹ ਜਿਹੜਾ ਇਸ ਰਸਤੇ ਤੇ ਉੱਠਦਿਆਂ ਪੈਰਾਂ ਥੱਲੇ ਆ ਕੇ ਮਰ ਗਿਆ। ਔਰ ਫਿਰ ਆ ਗਿਆ ਕੂਫਾ, ਕੂਫੇ ਪਹੁੰਚੀ ਸ਼ਾਮ ਵੇਲੇ, ਦਾਖਲੇ ਕੂਫਾ ਹੋਈ ਸੁਬਹ ਵੇਲੇ। ਤੇਰਾ ਮੁਹਰਮ ਅਲੀ ਦੀ ਧੀ ਕੂਫੇ ਦਾਖਲ ਹੋਈਏ, ਬਾਰਨ ਪਹੁੰਚੀ। ਇਹ ਰਾਤ ਮੇਰੀ ਮਖਦੂਮਾ ਕਿੱਥੇ ਗੁਜ਼ਾਰੀ? ਜਿਹੜੇ ਜ਼ਵਾਰ ਹੋ ਤੁਹਾਨੂੰ ਬੜੀ ਸਮਝ ਆਏਗੀ, ਮਸਜਿਦ ਹਨਾਨਾ। ਜਾਓ ਮਸਜਿਦ ਦੇ ਅੰਦਰ ਤੇ ਉਹ ਮਕਾਮ ਬਣਿਆ ਹੋਇਆ ਰਾਸੁਲ ਹੁਸੈਨ, ਅੰਦਰ ਇੱਕ ਤਸਵੀਰ ਵੀ ਲੱਗੀ ਹੋਈ ਹੈ, ਅਗਰ ਤੁਸੀਂ ਜਾਲੀ 'ਚ ਹੋਰ ਨਾਲ ਵੇਖੋ, ਜਿਹੜੇ ਨਹੀਂ ਗਏ ਮੌਲਾ ਤੁਹਾਨੂੰ ਲੈ ਜਾਏ। ਇਹ ਉਦਣ ਬੜੀ ਤੰਗ ਮਸਜਿਦ ਆਈ। ਇੱਕ ਤਾਂ ਜਦੋਂ ਮਸਜਿਦ ਹਨਾਨਾ ਕੋਲੋਂ ਅਮੀਰ ਉਲ ਮੋਮਨੀਨ ਦਾ ਜਨਾਜ਼ਾ ਗੁਜ਼ਰਿਆ ਨਾ, ਤਾਂ ਇਸ ਮਸਜਿਦ ਦੀਆਂ ਦੀਵਾਰਾਂ ਝੁੱਕ ਗਈਆਂ। ਅਤੇ ਦੂਸਰਾ, ਇਸ ਮਸਜਿਦ ਹਨਾਨਾ ਦੇ ਬਾਹਰ ਪਹੁੰਚੇ ਤਾਂ ਉਹਨਾਂ ਆਖਿਆ ਸ਼ਾਮ ਹੋ ਗਈ ਹੈ, ਬਈ ਹੁਕਮ ਵੀ ਹੈ ਬਈ ਸਵੇਰੇ ਅਲੀ ਦੀਆਂ ਧੀਆਂ ਦਾਖਲ ਕਰਨਾ ਹੈ, ਅਤੇ ਕਰਨਾ ਕੀ ਹੈ? ਸ਼ਿਮਰ ਪਿਆ ਦਾ ਇਹ ਸਰ ਬਹੁਤ ਕੀਮਤੀ ਨਹੀਂ ਅਤੇ ਸਰਾਂ ਦਾ ਬਿਲਕੁਲ ਵੀ ਵਸਾ ਨਹੀਂ ਕਰ ਸਕਦੇ। ਇੰਝ ਕਰੀਏ ਬਈ ਇਸ ਤੰਗ ਮਸਜਿਦ ਦੇ ਜਿਹਨਾਂ ਰਸੂਲ ਦੀਆਂ ਧੀਆਂ ਬਹਾ ਦਈਏ ਅਤੇ ਸਰ ਇਹਨਾਂ ਨੂੰ ਦੇ ਦਈਏ, ਇਹ ਰਾਤ ਰੋ ਵੀ ਲੈ ਸਨ ਅਤੇ ਸਵੇਰੇ ਸਰ ਖੋ ਕੇ ਵਾਪਿਸ ਲੈ ਲੈ ਸਨ। ਸੁਣਦੇ ਸਾਰੇ ਪਏ ਹੋ, ਅਤੇ ਅਗਰ ਕਿਸੇ ਦੇ ਦਿਲ ਤੱਕ ਬਾਤ ਜਾਏ ਤਾਂ ਹਾਏ ਦੀ ਤਿਆਰੀ ਕਰਨਾ, ਜੇ ਸਰ ਇਸ ਇੰਜ ਦਿੱਤੇ ਆਉਂਦੇ ਨਾ ਸੰਦੂਕ ਵਿੱਚੋਂ ਕੱਢ ਕੇ, ਬਈ ਇਹ ਸੱਜਾਦ ਤੇਰੇ ਬਾਬੇ ਦਾ ਸਰ ਏ, ਇਹ ਤੇਰੇ ਚਾਚੇ ਦਾ ਸਰ ਏ, ਇਹ ਤੇਰੇ ਅਕਬਰ ਦਾ ਸਰ, ਉਹ ਤੇਰੇ ਕਾਸਿਮ ਦਾ ਸਰ, ਇਹ ਤੇਰੇ ਮਹਿਮਾਨ ਦਾ ਸਰ, ਉਹ ਸ਼ੀਆ ਨਹੀਂ ਜਿਹੜਾ ਸ਼ਰਮਾ ਕੇ ਹਾਏ ਕਰੇ ਸਰ ਇੰਜ ਦਿੱਤੇ, ਬਈ ਕੋਈ ਸਰ ਸੱਜਾਦ ਉੱਥੋਂ ਚਾਇਆ। ਮਰਹਬਾ 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 ਮਰਹਬਾ, ਕੋਈ ਸਰ ਸੱਜਾਦ ਉੱਥੋਂ ਚਾਇਆ, ਕੋਈ ਉੱਥੋਂ ਚਾਇਆ। ਹੁਣ ਸੁਬਹ ਬਾਰਾਂ ਮੁਹਰਮ ਅਲੀ ਦੀਆਂ ਧੀਆਂ, ਤੇਰਾਂ ਨੂੰ ਸੁਬਹ ਅਲੀ ਦੀਆਂ ਧੀਆਂ ਦਾਖਲੇ ਕੂਫਾ ਹੋਈਆਂ। ਸਭ ਤੋਂ ਜ਼ਿਆਦਾ ਅਗਰ ਜ਼ਹਿਨੀ ਅਜ਼ੀਅਤ ਅਲੀ ਦੀਆਂ ਧੀਆਂ ਕਿਸੇ ਸ਼ਹਿਰ 'ਚ ਮਿਲੀਏ ਤਾਂ ਉਹ ਸ਼ਹਿਰ ਕੂਫਾ ਹੈ। ਇਹਨਾਂ ਜਾਣ ਜਾਣ ਕੇ ਅਲੀ ਦੀਆਂ ਧੀਆਂ ਦੇ ਉੱਠ ਉਹਨਾਂ ਉਹਨਾਂ ਗਲੀਆਂ 'ਚ ਗੁਜ਼ਾਰੇ ਜਿਹਨਾਂ ਗਲੀਆਂ 'ਚ ਅਲੀ ਦੀ ਧੀ ਦੇ ਫਿਰਾਵਾਂ ਦੇ ਘਰ ਆਉਣ, ਜਿਹੜੀਆਂ ਅਲੀ ਦੀਆਂ ਧੀਆਂ ਦੀਆਂ ਪੇਕੀਆਂ ਗਲੀਆਂ। ਯਾਰਾ ਦਿਨ ਮੁਸਲਮਾਨਾਂ ਕੂਫੇ ਦੀਆਂ ਅਲੀ ਦੀਆਂ ਧੀਆਂ ਕੂਫੇ ਦੀਆਂ ਗਲੀਆਂ 'ਚ ਫਿਰਾਇਆ ਯਾਰਾ ਦਿਨ। ਜੇ ਤੇਰੀ ਹਾਏ ਅਜਣ ਨਹੀਂ ਆਈ, ਜਿਹਨਾਂ ਰੋਣਾ ਹੈ ਉਸ ਮਜਲਿਸ 'ਚ ਵੀ ਰੋ ਲੈਣਾ, ਜਿਹਦੀ ਨਾ ਹੰਝ ਨਿਕਲੇ ਉਹਦੀ ਸ਼ਾਇਦ ਕਰਬਲਾ ਵੀ ਨਾ ਨਿਕਲੇ। ਮੈਂ ਪਿਛਲੇ ਦਿਨ ਗੁਜਰਾਲੇ ਮਜਲਿਸ ਪੜ੍ਹ ਰਿਹਾ ਅਤੇ ਹਾਜ਼ਰ ਸਰਵਿਸ ਜੱਜ ਬੈਠਾ, ਉਸ ਮੈਂ ਗੱਲ ਸੁਣਾਈ, ਉਸ ਅਗਰ ਸ਼ਬੀਰ ਕਾਜ਼ਮੀ ਨਾ ਹੈ ਅਤੇ ਜੱਜ ਹੈ ਮੌਜੂਦ ਹੈ, ਉਹ ਕੁਰਸੀ ਅਦਾਲਤ 'ਤੇ ਬੈਠੇ, ਖਚਾ ਖਚ ਉਹਦੀ ਅਦਾਲਤ ਭਰੀ ਹੋਈ ਅਤੇ ਹਾਈ ਸੈਦ ਕੁਰਸੀ 'ਤੇ ਬੈਠਾ, ਹੀ ਦਰਵਾਜ਼ੇ 'ਤੇ ਸਦਾ ਲੱਗੀ ਜ਼ੈਨਬ ਹਾਜ਼ਰ ਹੋ। ਇੱਕੋ ਤਾਂ ਥੋੜ੍ਹਾ ਜਿਹਾ ਖੋਲ੍ਹਣਾ ਯਾਰ, ਜ਼ੈਨਬ ਹਾਜ਼ਰ ਹੋ। ਕਿਸੇ ਬਰਦਾਸ਼ਤ ਕੀਤਾ ਹੈ ਅਤੇ ਕਿਸੇ ਦੀ ਹਾਏ ਨਿਕਲੀ ਹੈ, ਉਹ ਉਸ ਤੋਂ ਕਲਮ ਨਾ ਪਕੜਿਆ ਗਿਆ, ਕੁਰਸੀ 'ਤੇ ਨਾ ਬੈਠਿਆ ਗਿਆ, ਰੰਗ ਉੱਡ ਗਿਆ ਚਿਹਰੇ ਦਾ। ਸਿਪਾਹੀ ਨਾਦਾ ਹੈ ਇਸ ਮੁਜਰਮਾਂ ਦੀ ਫਾਈਲ ਲਾਇਆ, ਉੱਤੇ ਲਿਖਿਆ ਹੋਇਆ ਹੀ ਚਾਰ ਕਤਲ ਕਰਨ ਵਾਲੀ ਹੈ। ਸਿਪਾਹੀ ਦਾ ਹੱਥ ਨਪ ਕੇ ਆਦਾ, ਇਸ ਜੋ ਚਾਰ ਕਤਲ ਕੀਤੇ ਨੇ ਇਹਨੂੰ ਕੜੀਆਂ ਕਿਉਂ ਨਾ ਪਾਈਆਂ, ਹੈ ਕੋਈ ਜਿਹੜਾ ਹਾਏ ਨਾਲ ਸਤਰ ਸੰਭਾਲੇ? ਸਿਪਾਹੀ ਆਦਾ, ਜੱਜ ਸਾਹਿਬ ਔਰਤ ਜਿਹੜੀ ਮੁਜਰਮ ਹੋਵੇ ਤਾਂ ਉਹਨੂੰ ਕਿਸੇ ਮੁਲਕ ਕਿਸੇ ਕਾਨੂੰਨ ਕਿਸੇ ਮਜ਼ਹਬ 'ਚ ਕੜੀਆਂ ਨਹੀਂ ਪਾਈਆਂ ਜਾਂਦੀਆਂ। ਉਹ ਸ਼ੀਆ ਨਹੀਂ ਜਿਹੜਾ ਹਾਏ ਨਾਲ ਹਾਏ ਨਾ ਰਲਾਵੇ, ਸੈਦ ਮੂੰਹ ਤੋਂ ਪਿੱਟ ਕੇ ਆਦਾ, ਫਿਰ ਉਹਨੂੰ ਕਿਉਂ ਪਾਈਆਂ ਨੇ ਜਦੇ ਵਿਰਾਹ ਵੀ ਨੋ ਮਾਰੇ ਗਏ। ਜਿਹੜੀ ਹਰ ਮੋੜ 'ਤੇ ਆਧੀ ਆਈ, ਚਾਦਰ ਦਿਓ ਮੇਰੀ ਮਾਂ ਦਾ ਜਨਾਜ਼ਾ ਆਧ ਰਾਤ ਲੈ ਉੱਠਿਆ। ਬਸ ਪਿਆ ਜ਼ਾਦਾਰੋ, ਹੁਕਮ ਪੂਰਾ ਇਤਨਾ ਹੀ, ਮੇਰੀ ਹਿੰਮਤਮੰਦੀ ਆਈ, ਮੈਂ ਮਿੰਬਰ ਬਿਰਾਦਰ ਦੇ ਹਵਾਲੇ ਕਰਾਂ। ਇੱਕ ਗਲੀ 'ਚ ਅਲੀ ਦੀ ਧੀ ਦਾ ਉੱਠ ਦਾਖਲ ਕੀਤਾ ਗਿਆ ਅਤੇ ਉਸ ਗਲੀ ਦੇ ਤਕਰੀਬਨ ਅੱਧ ਤੋਂ ਅੱਗੇ ਕਰਕੇ ਇੱਕ ਘਰ ਦੇ ਉੱਤੇ ਇੱਕ ਛੱਤ 'ਤੇ ਬੱਚਾ ਖੜ੍ਹਾ ਅਤੇ ਬੱਚਾ ਬਿਲਕੁਲ, ਮੈਂ ਰੋਦਾਈ ਲਫ਼ਜ਼ ਇਸਤੇਮਾਲ ਕਰਾਂ, ਇਲਾਕਾਈ ਤੋਂ ਬਿਲਕੁਲ ਬਨੇਰੇ 'ਤੇ ਕਰਕੇ ਖੜ੍ਹਾ ਅਤੇ ਉਹ ਉੱਤੋਂ ਝੁੱਕ ਝੁੱਕ ਕੇ ਉਹ ਬੱਚਾ ਸਾਰਾ ਮੰਜ਼ਰ ਵੇਖ ਰਿਹਾ ਵੀ ਬੰਦੇ ਇੰਨਾ ਅੱਲਾ ਰਾਸੀਆਂ ਕਿਉਂ ਮਾਰ ਰਹੇ।
ਤੇ ਜਦਣ ਆਲੀਆ ਦਾ ਉੱਠ ਉਸ ਘਰ ਦੇ ਛੱਤ ਦੇ ਬਰਾਬਰ ਆਇਆ ਤੇ ਜਨਾਬੇ ਸੱਜਾਦ ਕੰਡ ਨਾਲੋਂ ਮਹਾਰ ਖੋਲ੍ਹ ਕੇ ਆਖਿਆ, ਅੰਮਾ ਇਹ ਜਿਹੜਾ ਬੱਚਾ ਮਕਾਨ ਦੀ ਛੱਤ 'ਤੇ ਖੜ੍ਹਾ ਇਹ ਤੇਰੇ ਬਿਰਾ ਹਬੀਬ ਦਾ ਪੁੱਤਰ ਹੈ। ਕਿਸੇ ਦੀ ਹਾਏ ਨਿਕਲੀ, ਕਿਸੇ ਬਰਦਾਸ਼ਤ ਕੀਤਾ, ਬਹੁਤ ਸਾਰੇ ਹੋ ਗਏ ਹੋ ਬਾਹਰ ਵੀ ਅਜ਼ਾਦਾਰ, ਹੁਣ ਬੈਠਣ ਦੀ ਜਗ੍ਹਾ ਨਾ ਰਹੀ। ਇੱਕ ਵੈਂਡ ਸਮਝਣਾ, ਘਰ ਵਾਲੀ ਗੱਲ ਹੈ, ਫਿਰ ਦੁਹਰਾ ਰਿਹਾ ਕਿ ਬਿਲਕੁਲ ਬਾਨੀ ਵਾਲੀ ਹੈਸੀਅਤ ਹੈ ਮੇਰੀ। ਸੈਣ ਫਰਮਾਇਆ, ਸੱਜਾਦ ਘਰ ਕਿਸ ਦਾ ਹੈ? ਅੰਮਾ ਘਰ ਵੀ ਚਾਚੇ ਹਬੀਬ ਦਾ। ਕੌਣ ਕਿਤਨਾ ਰੋ ਸੀ, ਮੁਦੰਮਲ ਪੀਰ 'ਤੇ ਇਸ ਜੁਮਲੇ ਦਾ ਹੱਕ ਅਦਾ ਹੋ ਸੀ, ਅਲੀ ਦੀ ਧੀਏ ਇੱਥੋਂ ਬੱਧੇ ਹੋਏ ਹੱਥ ਚਾਏ, ਉਸ ਘਰ ਦੀ ਦੀਵਾਰ ਨਾਲ ਲਾਏ, ਮੱਥਾ ਫਸੀਲ ਨਾਲ ਮਾਰਿਆ ਅਤੇ ਉਹ ਵੈਣ ਕੀਤਾ ਕਿ ਕੂਫੇ ਦੇ ਐਵਾਨ ਹਲ ਗਏ। ਬੀਬੀ ਰੋ ਕੇ ਆਦੀ, ਵੀਰ ਹਬੀਬ ਮੇਰੀ ਗੁਰਬਤ ਵੇਖ, ਮੈਂ ਆਲੀਆ ਹੋ ਕੇ ਤੇਰੇ ਬੂਹੇ ਅੱਗੇ ਨੰਗੇ ਸਾਰਾ ਹੀ ਖੜਾ। ਕੋਈ ਮੇਰੇ ਤੋਂ ਬੜਾ ਵੀ ਗਰੀਬ ਹੋਣਾ ਇਸ ਗਰਮੀ 'ਚ? ਆਈ ਹੋਈ ਹਾਏ, ਕਿਸੇ ਗਮ ਵਿੱਚ ਨਾ ਆਵੀ, ਇਤਨੀ ਗਰਮੀ 'ਚ ਸੋਣੀ ਹਾਏ, ਕਿਸੇ ਗਮ ਵਿੱਚ ਨਾ ਆਏ। ਅਜ਼ਾਦਾਰੋ ਮੇਰੀ ਮਖਦੂਮਾ, ਫਰਮਾਇਆ ਸੱਜਾਦ ਇੱਕ ਮਿੰਟ ਕਾਫਲਾ ਰੋਕ, ਜੇ ਘਰ ਹਬੀਬ ਭਾਈ ਦਾ ਆ ਹੀ ਗਿਆ ਤਾਂ ਮੈਂ ਭਰਜਾਈ ਨੂੰ ਹਬੀਬ ਦਾ ਪੁਰਸਾ ਦੇ ਲਵਾਂ, ਮੈਂ ਭਰਜਾਈ ਨੂੰ ਇਤਨਾ ਹੀ ਆਖ ਲਵਾਂ ਵੀ ਭਰਜਾਈ ਤੇਰੇ ਹਬੀਬ ਦਾ ਬੜਾ ਅਰਮਾਨ ਹੈ। ਮੇਰਾ ਤੁਹਾਡੇ ਅੱਗੇ ਸਵਾਲ ਹੈ ਅਜ਼ਾਦਾਰੋ, ਆਪਣੇ ਜਿਹੜੇ ਨੌਂ ਮਰਾ ਕੇ ਆਈ ਆਈ, ਕਿਸੇ ਆਖਿਆ ਹੀ ਵਾ ਹੁਸੈਨ ਦਾ ਅਰਮਾਨ ਹੈ? ਹਾਓ ਸਾਰਿਆਂ ਦੇ ਦੁੱਖ ਰੱਖਣ ਵਾਲੀ ਧੀ ਅਲੀ ਦੀ ਬੀਬੀ ਦਾ ਦਿਲ ਆਈ ਵਾ, ਮੈਂ ਬਾਜ਼ਾਰੋ ਸਾਂ, ਹਬੀਬ ਦੀ ਜੋਜਾ ਛੱਤ 'ਤੇ ਆ ਸੀ ਅਤੇ ਮੈਂ ਉੱਥੋਂ ਹੀ ਮੁਕਾਣ ਦੇ ਲਿਆ ਸੀ। ਮੇਰੀ ਸੈਣ ਰੁੱਖ ਬਦਲਿਆ, ਹੁਣ ਜਦਣ ਆਲੀਆ ਰੁੱਖ ਬਦਲਿਆ ਤਾਂ ਚਾਰ ਉਲਮਾ ਦੇ ਹਵਾਲੇ ਨਾਲ ਮੈਂ ਅਗਲੀ ਰਿਵਾਇਤ ਵੀ ਪੜ੍ਹਦਾ। ਜਦਣ ਮੇਰੀ ਸੈਣ ਰੁੱਖ ਬਦਲਿਆ ਤਾਂ ਬੱਚਾ ਕੋਨੇ ਤੋਂ ਪਿੱਛੇ ਹਟਣ ਲੱਗ ਪਿਆ। ਕਿਉਂ ਹਟਿਆ? ਉਲਮਾ ਦਿਨ ਬੱਚੇ ਆਪਣੀ 13 ਸਾਲਾਂ ਦੀ ਜ਼ਿੰਦਗੀ 'ਚ ਪਹਿਲੀ ਬੀਬੀ ਡਿੱਠੀ ਆਈ ਜਿਹਦੇ ਵਾਲਾਂ ਵਿੱਚੋਂ ਰੱਤ ਵਹਿੰਦੀ ਹੈ। ਬੀਬੀਆਂ ਦੀ ਲਾਲ, ਨੇੜਿਆ ਮੈਂ ਤੇਰੀ ਫੁੱਫੀਆਂ, ਬੱਚਾ ਹੈਰਾਨ ਹੋ ਕੇ ਆਦਾ ਕਹਿ ਦਿਨ, ਬੀਬੀ ਮੇਰੀ ਫੁੱਫੀਆਂ ਹੋਇਆ, ਮੈਂ ਤੈਨ ਪਹਿਲੇ ਕਿਦਾਂ ਹੀ ਡਿੱਠਾ ਹੋਇਆ। ਹਾਲੀਆ ਫਰਮਾਇਆ, ਨਾ ਰੁਆ ਮੈਂ ਜ਼ੈਨਬਾ, ਪਹਿਲੇ ਮੈਂ ਨਿਰਾਵਾਂ ਵਿਨਾਈ ਵੇਖ। ਭਲੋ ਬਾਬਾ ਭਲੋ ਭਲੋ, ਕਿਸੇ ਗਮ ਵਿੱਚ ਹਾਏ ਨਾ ਆਵੀ ਅਜ਼ਾਦਾਰ, ਲੱਖ ਵਾਰੀ ਬਾਬਾ ਏਡੀ ਗਰਮੀਆਂ 'ਚ ਆਈ ਹੋਏ ਹਾਏ, ਕਿਸੇ ਗਮ ਵਿੱਚ ਹਾਏ ਨਾ ਆਵੀ। ਇਤਨਾ ਤਬੀਅਤ ਇਜਾਜ਼ਤ ਦਿੰਦੀ ਹੈ ਜਿਤਨਾ ਪੜ੍ਹ ਲਿਆ, ਦੋ ਮਿੰਟ ਦੇ ਬਾਅਦ ਮੈਂਬਰ ਮੈਂ ਹਵਾਲੇ ਕਰਨ ਲੱਗਾ। ਆਲੀਆ ਫਰਮਾਇਆ, ਲਾਲ ਨੇੜੇ ਆਓ ਮੈਂ ਤੇਰੀ ਫੁੱਫੀਆਂ, ਜੁਮਲਾ ਮੈਂ ਪੜ੍ਹਨਾ ਹੈ, ਹਾਏ ਸਿਆਲਕੋਟ ਵਾਲਿਆ ਤੈਂ ਕਰਨੀ ਹੈ। ਮੁੱਕ ਗਈ ਆਲੀਆ ਜਦਣ ਮੇਰੀ ਸੈਣ ਦੂਜੀ ਵਾਰੀ ਆਖਿਆ ਮੈਂ ਫੁੱਫੀਆਂ, ਬੱਚਾ ਦੋ ਕਦਮ ਨੇੜੇ ਹੋ ਕੇ ਆਦਾ ਮੇਰੀ ਫੁੱਫੀਓ ਵਿਆ, ਤੇਰੇ ਸਰ 'ਤੇ ਚਾਦਰ ਹੋਵੇ। ਮੇਰੀ ਸੈਣ ਆਦੀ ਹੈ, ਦੀਗਰ ਦੀ ਵਿਰਾਹ ਦੀਆਂ ਕਾਤਲਾਂ ਨੇਜ਼ਿਆਂ ਨਾਲ ਲਹਾ ਲਈਏ ਨੇੜੇ ਆ, ਨਾ ਕੇਈ ਬੱਚਾ ਦੇ ਕਾਸਿਮ ਬਾਬੇ ਦਾ ਨਾਂ ਹਬੀਬ ਕਿੱਥੇ ਬਾਬਾ, ਇਹਨਾਂ ਅਗਲੇ ਜੰਗਲਾਂ 'ਚ ਕੀ ਹੋਇਆ? ਆਲੀਆ ਫਰਮਾਇਆ, ਸ਼ਹਿਰ ਛੋੜ ਕੇ ਜੰਗਲਾਂ 'ਚ ਕਿਉਂ ਗਿਆ? ਯਾਦ ਹੈ ਉਹਨਾਂ ਜੰਗਲਾਂ ਵਿੱਚੋਂ ਖਤ ਆਇਆ। ਆਲੀਆ ਫਰਮਾਇਆ, ਕਦੇ ਜੰਗਲਾਂ 'ਚੋਂ ਖਤ ਕਿਸੇ ਨਹੀਂ ਆਏ, ਬੱਚਾ ਮੂੰਹ 'ਤੇ ਪਿੱਟ ਕੇ ਯਾਦ ਹੈ ਮੇਰਾ ਪੀਰ ਜਿਹੜਾ ਪੁੱਤਰ ਦੀ ਬਰਾਤ ਲੈ ਕੇ ਉਹਨਾਂ ਜੰਗਲਾਂ 'ਚ ਆਇਆ ਹੋਇਆ ਹੈ। ਗੱਲ ਕਰਕੇ ਬੱਚਾ ਮੂੰਹ 'ਤੇ ਪਿੱਟਿਆ, ਬੀਬੀ ਆਦੀ ਇਹ ਲਾਲ ਰੋਂਦਾ ਕਿਉਂ ਹੈ? ਬੱਚਾ ਦੇ ਕਿਵੇਂ ਨਾ ਰੋਵਾਂ, ਪੀਰ ਕੱਲਾ ਨਹੀਂ ਆਇਆ, ਜ਼ੈਨਬ ਨਾਲ ਲਾਇਆ ਹੈ। ਭਲੋ ਬੁਲੰਦ ਹਾਏ ਕਰਨ ਵਾਲਿਆ, ਆਲੀਆ ਦੇ ਵਾਲ ਖੁੱਲ ਗਏ, ਆਸਮਾਨ ਦਰ ਮੂੰਹ ਕਰਕੇ ਆਦੀ ਹੁਣ ਦੀਨ ਬਚ ਗਿਆ, ਮੈਂ ਬਜ਼ਾਰੇ ਰੁੱਲ। ਮਰਹਬਾ ਮਰਹਬਾ, ਆਖਰ ਤੱਕ ਅਜ਼ਾਦਾਰ ਮੇਰੀ ਸੈਣਾ ਦੀ ਲਾਲ, ਤੁਸਾਂ ਨਹੀਂ ਜਾਣਦੇ ਜਾ ਮਾਂ ਨੂੰ ਬੁਲਾ ਕੇ ਲਾਇਆ, ਮੈਂ ਫਿਰ ਪਿਆ ਦੁਹਰਾਨਾ ਜਵਾਨੋ, ਆਲੀਆ ਦੇ ਦਿਲ ਭਰਜਾਈ ਛੱਤ 'ਤੇ ਆਵੇ, ਮੈਂ ਹਬੀਬ ਦਾ ਪੁਰਸਾ ਦੇਵਾਂ। ਬੱਚਾ ਥੋੜ੍ਹੀ ਦੇਰ ਬਾਅਦ ਛੱਤ 'ਤੇ ਆਇਆ ਅਤੇ ਬੱਚੇ ਦੇ ਹੱਥ ਜੋੜ ਗਏ,
आदा कैदन बीबी नाराज ना होए मेरी अम्मा पया दिया मैं वड्डी परदादार मैं आलिया दी कनीजा मैं छता ते कदे नहीं आई है कोई हाय करण आला हबीब दे सर परवाज कीता है पुत्र नु आदा है परदियां आ गला बाजार च ज़ैनब आ गई है घिन ना भर जाया नाल इस गल विच रसिया।